ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਟੋਪਿਕ ਆਪਣਾ ਵਿਨੇਸ਼ ਫੋਗਾਟ। ਜਿਵੇਂ ਕਿ ਤੁਹਾਨੂੰ, ਚਲੋ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਮੈਂ ਦੱਸ ਦਿੰਦਾ ਵੀ ਜਿਹੜੀ ਵਿਨੇਸ਼ ਫੋਗਾਟ ਹੈ ਉਹ ਹਰਿਆਣਾ ਦੀ ਇੱਕ ਜਿਵੇਂ ਰੈਸਲਿੰਗ ਦੀ ਪਲੇਅਰ ਆ। ਸੋ ਉਹ ਪਿੱਛੇ ਜੇ ਕੁਛ ਉਹਦੇ ਨਾਲ ਹੈ ਨਾ ਕੋਈ ਇੱਦਾਂ ਦੀ ਗੱਲ ਹੋਈ ਜਿਹਦੇ ਨਾਲ ਕਰਕੇ ਉਹ ਦਿੱਲੀ ਧਰਨੇ 'ਤੇ ਵੀ ਬੈਠੀ ਰਹੀ ਹੈ ਨਾ, ਅਤੇ ਉਹਦੇ ਨਾਲ ਕੋਈ ਧੱਕਾ ਹੋਇਆ, ਮੈਨੂੰ ਉਸ ਚੀਜ਼ ਬਾਰੇ ਨਹੀਂ ਪਤਾ। ਬਟ ਹਾਂ ਇੰਨਾ ਕੁ ਪਤਾ ਹੈ ਕਿ ਉਹ ਕਾਫੀ ਦਿਨ ਤੱਕ ਉੱਥੇ ਲੜਦੀ ਰਹੀ ਹੈ ਨਾ, ਸੰਘਰਸ਼ ਕਰਿਆ ਉਹਨੇ ਧਰਨੇ 'ਤੇ ਬੈਠੀ ਆਪਣੀ ਮੰਗਾਂ ਨੂੰ ਲੈ ਕੇ ਜੋ ਕਿ ਸਰਕਾਰ ਨੇ ਨਹੀਂ ਸੁਣੀਆਂ। ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰ ਨੂੰ ਉਹਦੀ ਯਾਦ ਆਈ, ਮੋਦੀ ਜੀ ਨਾਲ ਗੱਲਬਾਤ ਹੋਈ ਉਹਨਾਂ ਦੀ ਲਾਈਵ ਫੇਸ ਟੂ ਫੇਸ, ਅਤੇ ਕੁਛ ਹੱਦ ਤੱਕ ਮਸਲਾ ਸੋਲਵ ਹੋ ਗਿਆ। ਅਤੇ ਉਸ ਤੋਂ ਬਾਅਦ ਫਿਰ ਜਿਹੜੇ ਲੋਕ ਉਹਨੂੰ ਇਹ ਕਹਿ ਰਹੇ ਸੀ ਵੀ ਉਹ ਕੁਛ ਨਹੀਂ ਕਰ ਸਕਦੀ ਜਾਂ ਕਾਫੀ ਗਿਰਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨੂੰ ਕਿ ਵੀ ਉਹ ਜਿਹੜੀ ਉਹਦੇ 'ਚ ਗੱਲ ਨਹੀਂ ਰਹੀ ਐਥਲੀਟ ਵਾਲੀ ਜਾਂ ਰੈਸਲਿੰਗ ਵਾਲੀ, ਉਹਦੇ 'ਚ ਗੱਲ ਨਹੀਂ ਰਹੀ ਮੇਨਲੀ, ਸੋ ਉਹ ਲੋਕ ਉਹਨੂੰ ਕਾਫੀ ਟੋਰਚਰ ਕਰ ਰਹੇ ਸੀ, ਉਹਨੂੰ ਗਿਰਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਇਹ ਨਾ ਖੇਲੇ ਹੈ ਨਾ। ਪਰ ਕਹਿੰਦੇ ਹੁੰਦੇ ਨਾ ਕਿ ਜਿਹਦੀ ਰਗਾਂ 'ਚ ਫਤਿਹ ਹੈ ਉਹਨੂੰ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ।